ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ। ਵਾਹਿਗੁਰੂ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦੇ ਜੋ ਆਰੰਭ ਹੈ ਉਹ ਆਪਾਂ ਉਸ ਅਕਾਲ ਪੁਰਖ ਦੇ ਨਾਮ ਤੋਂ ਹੋਵੇ ਤਾਂ ਚੰਗਾ ਕੰਮ ਹੈ। ਕੰਮ ਸਾਰਿਆਂ ਨੂੰ ਹੁੰਦੇ ਨੇ ਅੰਮ੍ਰਿਤ ਵੇਲੇ, ਅਤੇ ਆਪਾਂ ਸਾਰੇ ਇਹ ਸੋਚਦੇ ਹਾਂ ਕਿ ਛੇਤੀ ਛੇਤੀ ਆਪਣੇ ਕੰਮਾਂ ਨੂੰ ਨਿਬੇੜੀਏ। ਪਰ ਸਭ ਤੋਂ ਜ਼ਰੂਰੀ ਕੰਮ ਹੈ ਉਹ ਵਾਹਿਗੁਰੂ ਨੂੰ ਯਾਦ ਕਰਨਾ, ਵਾਹਿਗੁਰੂ ਨੂੰ ਆਪਣੇ ਅੰਦਰ ਧਿਆਉਣਾ। ਆਪਾਂ ਸਾਰੇ ਉੱਠਦੇ ਹਾਂ ਅਤੇ ਆਪਣਾ ਫੋਨ ਚੁੱਕ ਲੈਂਦੇ ਹਾਂ, ਰਾਤ ਨੂੰ ਵੀ ਜੇ ਕਿਤੇ ਨੀਂਦ ਨਹੀਂ ਆਉਂਦੀ ਤਾਂ ਫੋਨ ਹੀ ਫੜਦੇ ਹਾਂ। ਪਰ ਜੇ ਆਪਾਂ ਸੋਚੀਏ ਕਿ ਆਪਾਂ ਜਦੋਂ ਸਵੇਰੇ ਉੱਠਣਾ ਆਪਾਂ ਫੋਨ ਨਹੀਂ ਚੁੱਕਣਾ, ਜੇ ਅਲਾਰਮ ਲਾਇਆ ਹੋਇਆ ਹੈ ਉਸ ਨੂੰ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ। ਰਾਤ ਨੂੰ ਸੌਣ ਲੱਗਿਆਂ ਆਪਣਾ ਜੋ ਨੈੱਟ ਹੈ ਇੰਟਰਨੈੱਟ ਹੈ ਉਹ ਬੰਦ ਕਰ ਦਿਓ। ਸੁਖੀ ਰਹਾਂਗੇ, ਤੰਦਰੁਸਤ ਰਹਾਂਗੇ ਅਤੇ ਗੁਰਬਾਣੀ ਵਿੱਚ ਵੀ ਆਪਾਂ ਫਿਰ ਪੂਰਾ ਧਿਆਨ ਲਾ ਸਕਾਂਗੇ। ਗੁਰੂ ਮੰਤਰ ਤੋਂ ਵੱਡਾ ਕੋਈ ਮੰਤਰ ਨਹੀਂ ਹੈ। ਜੇ ਆਪਾਂ ਇੱਕ ਕਦਮ ਵਾਹਿਗੁਰੂ ਵੱਲ ਵਧਾਉਂਦੇ ਹਾਂ ਉਹ 100 ਕਦਮ ਆਪਣੇ ਵੱਲ ਵਧਾਉਂਦੇ ਨੇ। ਜਦੋਂ ਆਪਾਂ ਉੱਠਦਿਆਂ ਸਾਰ 10 ਤੋਂ 15 ਵਾਰ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਹੋ। ਇਹਦਾ ਜੋ ਲਾਭ ਹੈ ਨਾ ਆਪਾਂ ਨੂੰ ਕੁਝ ਦਿਨਾਂ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਆਪਾਂ ਵੇਖਾਂਗੇ ਜ਼ਿੰਦਗੀ ਪਹਿਲਾਂ ਨਾਲ ਕਿੰਨੀ ਸੋਹਣੀ ਹੋ ਗਈ ਹੈ, ਕਿਉਂਕਿ ਵਾਹਿਗੁਰੂ ਆਪਣੇ ਨਾਲ ਹੋਣਗੇ, ਹਰ ਕੰਮ 'ਚ ਸ਼ਾਮਿਲ ਹੋਣਗੇ। ਲਗਾਤਾਰ 1 ਮਹੀਨਾ ਆਪਾਂ ਐਵੇਂ ਕਰਕੇ ਵੇਖ ਲਈਏ। ਬਸ ਸ਼ਰਤ ਪਤਾ ਕੀ ਹੈ? ਵੀ ਲਗਾਤਾਰ ਜਪਣਾ, ਕੋਈ ਦਿਨ ਖਾਲੀ ਨਹੀਂ ਜਾਣਾ। ਜਿਵੇਂ ਕੋਈ ਵੈਦ ਹਕੀਮ ਕੋਈ ਵੀ ਆਪਾਂ ਨੂੰ ਕੋਈ ਪੁੜੀਆਂ ਬਣਾ ਕੇ ਦਿੰਦਾ, ਦਵਾਈ ਦਿੰਦਾ, ਉਹ ਇਹ ਕਹਿੰਦਾ ਨਾ 1 ਦਿਨ ਲਗਾਤਾਰ ਖਾਣੀ ਹੈ ਨਾ, ਵਿੱਚ ਨਾਂਗਾ ਨਹੀਂ ਪਾਉਣਾ, ਤਾਂ ਫਿਰ ਆਪਾਂ ਪਰਮਾਤਮਾ ਦੇ ਨਾਮ ਵੀ ਲਗਾਤਾਰ ਹੀ ਜਪਣਾ। ਫਿਰ ਗੱਲ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਕਹਿਣ ਤੋਂ ਬਾਅਦ ਜਦੋਂ ਸਵੇਰੇ ਉੱਠੋ ਸੋਣਾ ਨਹੀਂ ਹੈਗਾ। ਕਈ ਵਾਰ ਆਪਾਂ ਕਹਿ ਕੇ ਫਿਰ ਨੀਂਦ ਆਉਂਦੀ ਹੈ, ਉਦੋਂ ਫਿਰ ਸੋਣਾ ਨਹੀਂ, ਉੱਦਮ ਕਰਨਾ, ਇਸ਼ਨਾਨ ਕਰਨਾ ਅਤੇ ਵਾਹਿਗੁਰੂ ਦਾ ਨਾਮ ਜਪਣਾ, ਗੁਰਬਾਣੀ ਜਪਣੀ, ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ, ਵਾਹਿਗੁਰੂ ਤੇਰੀ ਗੁਰਬਾਣੀ ਵਿੱਚੋਂ ਹੀ ਮੈਂ ਤੇਰੇ ਦਰਸ਼ਨ ਕਰਨੇ ਨੇ। ਕਹਿੰਦੇ ਜਾਓ ਵਾਹਿਗੁਰੂ ਵਾਹਿਗੁਰੂ, ਆਪੇ ਵਾਹਿਗੁਰੂ ਪਿਛਲੇ ਪਾਪ ਵੀ ਉਤਾਰਨਗੇ, ਜਿੰਨੇ ਦੁੱਖ ਕਲੇਸ਼ ਨੇ ਉਹ ਵੀ ਖਤਮ ਹੋਣਗੇ, ਫਿਰ ਜਿੰਨੇ ਵਹਿਮ ਭਰਮ ਪਾਲੇ ਨੇ ਨਾ ਆਪਾਂ ਉਹ ਵੀ ਸਾਰੇ ਦੂਰ ਹੋਣਗੇ। ਜਦੋਂ ਵੀ ਆਪਾਂ ਪਾਠ ਕਰਨਾ ਹੈ ਤਾਂ ਉੱਚੀ ਉੱਚੀ ਬੋਲ ਕੇ ਹੀ ਕਰਨਾ, ਇਸ ਦਾ ਤਨ ਨੂੰ ਵੀ ਫਾਇਦਾ ਹੋਵੇਗਾ ਅਤੇ ਮਨ ਨੂੰ ਵੀ। ਇਸ ਤਰੀਕੇ ਨਾਲ ਪਾਠ ਕਰਨ ਨਾਲ ਆਲੇ ਦੁਆਲੇ ਵਾਲੀ ਜਿਹੜੀ ਥਾਂ ਹੁੰਦੀ ਹੈ ਉਹ ਵੀ ਪਵਿੱਤਰ ਹੋ ਜਾਂਦੀ, ਜੋ ਹਵਾਵਾਂ ਸਾਡੇ ਕੋਲ ਦੀ ਲੰਘਦੀਆਂ ਹਨ ਉਹ ਸਭ ਪਵਿੱਤਰ ਹੋ ਜਾਂਦੀਆਂ ਹਨ। ਚਾਰੇ ਪਾਸੇ ਦੇ ਮਾਹੌਲ ਵਿੱਚ ਬਾਣੀ ਦਾ ਪ੍ਰਕਾਸ਼ ਹੋਣ ਲੱਗ ਜਾਂਦਾ, ਜੋ ਸਾਡੇ ਪਰਿਵਾਰ ਦੇ ਦੂਜੇ ਸਦੱਸ ਹੁੰਦੇ ਨੇ ਨਾ ਉਹਨਾਂ ਦੇ ਵੀ ਪਾਠ ਦਾ ਅਸਰ ਹੁੰਦਾ, ਉਹਨਾਂ ਦੇ ਅੰਦਰ ਵੀ ਪੋਜ਼ਿਟਿਵ ਐਨਰਜੀ ਭਰ ਜਾਂਦੀ। ਜੇ ਬੋਲ ਬੋਲ ਕੇ ਪਾਠ ਕਰਾਂਗੇ ਤਾਂ ਇਸ ਦੇ ਨਾਲ ਸਰਬੱਤ ਦਾ ਭਲਾ ਵੀ ਹੁੰਦਾ, ਅਤੇ ਸਰਬੱਤ ਵਿੱਚ ਵੀ ਅਸੀਂ ਸਾਰੇ ਜੋ ਹੈ ਉਹ ਗੁਰਬਾਣੀ ਦਾ ਪਸਾਰਾ ਕਰ ਰਹੇ ਹੁੰਦੇ। ਸਾਡੇ ਭਲੇ ਦੀ ਤਾਰ ਉਹ ਸਰਬੱਤ ਦੇ ਭਲੇ ਦੇ ਨਾਲ ਹੀ ਜੁੜੀ ਹੋਈ ਹੈ, ਇਹ ਤਾਂ ਆਪਾਂ ਸਭ ਜਾਣਦੇ ਹਾਂ। ਇੱਕ ਗੱਲ ਹੋਰ ਧਿਆਨ ਦੇਣ ਰੱਖਣ ਵਾਲੀ ਹੈ ਕਿ ਜਦੋਂ ਬੋਲ ਕੇ ਪਾਠ ਕਰ ਰਹੇ ਹੁੰਦੇ ਹਾਂ ਸਾਡਾ ਧਿਆਨ ਕਿਤੇ ਹੋਰ ਚਲਾ ਜਾਵੇ ਤਾਂ ਤੁਸੀਂ ਉੱਥੇ ਰੁਕ ਜਾਓ। ਉੱਥੇ ਪਾਠ ਚੋਂ ਕਰਨਾ ਜਿੱਥੋਂ ਆਪਾਂ ਧਿਆਨ ਹਟਿਆ ਸੀ ਨਾ ਉੱਥੇ ਦੁਬਾਰਾ ਸ਼ੁਰੂ ਕਰੋ। ਇਹ ਸਾਡੇ ਸਭ ਨਾਲ ਹੁੰਦਾ, ਪਰ ਬਿਨਾਂ ਧਿਆਨ ਤੋਂ ਪਾਠ ਨਾ ਕਰੋ, ਚਾਹੇ ਸਾਰਾ ਦੁਬਾਰਾ ਕਰਨਾ ਪਵੇ। ਕੋਸ਼ਿਸ਼ ਇਹੀ ਕਰੋ ਕਿ ਸਾਰਾ ਪਾਠ ਵਿੱਚ ਹੀ ਧਿਆਨ ਹੋਵੇ, ਮਨ ਨੂੰ ਪਾਠ ਵਿੱਚ ਲਾ ਕੇ ਰੱਖੀਏ। ਬੋਲ ਬੋਲ ਕੇ ਪਾਠ ਕਰਨ ਦਾ ਸਭ ਤੋਂ ਵੱਡਾ ਲਾਭ ਪਤਾ ਕੀ ਹੁੰਦਾ ਕਿ ਸਾਨੂੰ ਗੁਰਬਾਣੀ ਜਲਦੀ ਕੰਠ ਹੋ ਜਾਂਦੀ ਹੈ। ਜਦੋਂ ਆਪਾਂ ਬੋਲ ਕੇ ਪਾਠ ਕਰਦੇ ਹਾਂ ਤਾਂ ਆਪਣਾ ਧਿਆਨ ਵੀ ਘੱਟ ਹੀ ਭਟਕਦਾ। ਸੰਤਾਂ ਦੇ ਬਚਨ ਅਨੁਸਾਰ ਬਾਣੀ ਦਾ ਕੰਠ ਹੋਣਾ ਸਭ ਤੋਂ ਵੱਡਾ ਫਾਇਦਾ। ਅਸੀਂ ਬੋਲ ਬੋਲ ਕੇ ਪੜਾਂਗੇ ਤਾਂ ਸੁਭਾਵਿਕ ਹੈ ਕੰਠ ਹੋ ਜਾਏਗੀ। ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰੀਏ। ਜਿਹਦੇ ਕੋਲ ਜਪਜੀ ਸਾਹਿਬ ਦਾ ਪਾਠ ਆ ਗਿਆ ਨਾ ਉਹਦੇ ਕੋਲ ਸਭ ਕੁਝ ਆ ਗਿਆ, ਫਿਰ ਉਹਨੂੰ ਕੋਈ ਦੁੱਖ ਰੋਗ ਕਲੇਸ਼ ਉਹਨਾਂ ਦੇ ਘਰ ਨਹੀਂ ਆਏਗਾ। ਫਿਰ ਇਸ ਤੋਂ ਬਾਅਦ ਰਹਿਰਾ ਸਾਹਿਬ ਅਤੇ ਫਿਰ ਦੂਜੀਆਂ ਬਾਣੀਆਂ, ਚੌਪਾਈ ਸਾਹਿਬ, ਆਨੰਦ ਸਾਹਿਬ, ਸਵਈਏ, ਸੁਖਮਨੀ ਸਾਹਿਬ, ਕੀਰਤਨ ਸੋਹਿਲਾ, ਜਾਪ ਸਾਹਿਬ, ਇਹ ਸਾਰੀਆਂ ਬਾਣੀਆਂ ਤਾਂ ਜ਼ਰੂਰ ਕੰਠ ਕਰਨੀਆਂ ਚਾਹੀਦੀਆਂ ਨੇ, ਅਤੇ ਇਹਨਾਂ ਨੂੰ ਕੰਠ ਕਰਨ ਦਾ ਬਹੁਤ ਹੀ ਸੌਖਾ ਢੰਗ ਹੈ। ਜਦੋਂ ਵੀ ਪਾਠ ਕਰਨ ਲੱਗੋ ਬੋਲ ਕੇ ਪਾਠ ਕਰੋ। ਬੋਲ ਬੋਲ ਕੇ ਪਾਠ ਕਰਨ ਨਾਲ ਸਾਡੀ ਜੋ ਰੂਹ ਹੈ, ਅੰਦਰਲੀ ਆਪਣੀ ਆਤਮਾ ਹੈ, ਸਾਡੇ ਮਨ ਨੂੰ, ਸਾਡੇ ਸਰੀਰ ਨੂੰ ਉਹ ਸਕੂਨ ਮਿਲੇਗੀ। ਜੋ ਸੁੱਖ ਸ਼ਾਂਤੀ ਬਾਹਰ ਲੱਭਦੇ ਫਿਰਦੇ ਆ ਨਾ ਉਹ ਅੰਦਰ ਹੈ। ਬੰਦਿਆ ਤੂੰ ਅੰਦਰ ਖੋਜ ਤਾਂ ਸੀ ਆਪਣੇ ਆਪ ਨੂੰ, ਸਾਨੂੰ ਸੁੱਖ ਸ਼ਾਂਤੀ ਉਹ ਅੰਦਰੋਂ ਹੀ ਮਿਲਣੀ, ਕਿਉਂਕਿ ਵਾਹਿਗੁਰੂ ਦੀ ਜੋਤ ਅੰਦਰ ਹੈ। ਅਤੇ ਜੋ ਵੀ ਇਸ ਪਾਠ ਨੂੰ ਸੁਣ ਰਿਹਾ ਹੁੰਦਾ, ਜਿਸ ਦੇ ਕੰਨਾਂ ਵਿੱਚ ਉਹ ਆਵਾਜ਼ ਉਹ ਬੋਲ ਪੈ ਰਹੇ ਹੁੰਦੇ ਨੇ, ਉਹ ਵੀ ਇਸਦਾ ਹਿੱਸੇਦਾਰ ਬਣੇਗਾ। ਜਦੋਂ ਬੋਲ ਕੇ ਪਾਠ ਕਰੋਗੇ ਤਾਂ ਆਲੇ ਦੁਆਲੇ ਜੀਵ ਜੰਤੂ, ਵਨਸਪਤੀ, ਹਵਾ, ਪਾਣੀ ਸਭ ਕੁਝ ਪਵਿੱਤਰ ਹੋਏਗਾ।
ਪਹਿਲਾਂ ਕਹਿੰਦੇ ਸੀ ਨਾ ਜਦੋਂ ਮਾਤਾਵਾਂ ਪ੍ਰਸ਼ਾਦਾ ਬਣਾਉਂਦੀਆਂ ਸਨ ਉਦੋਂ ਨਾਲ ਪਾਠ ਕਰਦੀਆਂ ਹੁੰਦੀਆਂ ਸਨ ਤੇ ਉਹਦਾ ਅਸਰ ਉਹਨਾਂ ਹੀ ਵਿੱਚ ਜਾਂਦਾ ਤੇ ਉਹੀ ਖਾਣ ਵਾਲੇ ਤੇ ਪੈਂਦਾ। ਇਸ ਤਰ੍ਹਾਂ ਪਾਠ ਕਰਨ ਨਾਲ ਕਈ ਮਨੁੱਖਾਂ ਕਈ ਜੀਵਾਂ ਕਈ ਪਦਾਰਥਾਂ ਵਿੱਚ ਗੁਰਬਾਣੀ ਦੀ ਝਲਕ ਪਵੇਗੀ, ਉਹਨਾਂ ਸਾਰਿਆਂ ਵਿੱਚ ਗੁਰਬਾਣੀ ਦਾ ਅਸਰ ਦਿਸੇਗਾ, ਉਹ ਫਿਰ ਆਪੇ ਗੁਰੂ ਵੱਲ ਹੋਣਗੇ। ਹੁਣ ਆਪਾਂ ਕਹਿੰਦੇ ਹਾਂ ਵੀ ਸਾਡੇ ਔਲਾਦ ਨਾਮ ਨਹੀਂ ਜਪਦੀ ਜਾਂ ਪਾਠ ਨਹੀਂ ਕਰਦੀ, ਕਿਉਂ? ਜੋ ਰਸਤੇ 'ਤੇ ਆਪਾਂ ਚੱਲਦੇ ਹਾਂ ਉਹਦੇ 'ਤੇ ਹੀ ਚੱਲਣਾ। ਜੇ ਆਪਾਂ ਵਾਹਿਗੁਰੂ ਦਾ ਨਾਮ ਜਪੀਏ, ਜੇ ਆਪਾਂ ਪ੍ਰਸ਼ਾਦਾ ਬਣਾਉਣ ਸਮੇਂ ਨਾਮ ਜਪੀਏ, ਉਵੇਂ ਦਾ ਹੀ ਅਸਰ ਵਿੱਚ ਜਾਏਗਾ। ਕਿਉਂ ਨਾ ਨਾਮ ਜਪਣਗੇ ਫਿਰ ਜਦੋਂ ਉਹਨਾਂ 'ਤੇ ਗੁਰਬਾਣੀ ਦਾ ਅਸਰ ਹੋਏਗਾ। ਆਪਾਂ ਇਸ ਗੱਲ ਦਾ ਧਿਆਨ ਰੱਖੀਏ ਵੀ ਜੋ ਗੁਰਬਾਣੀ ਨਹੀਂ ਪੜ੍ਹਦਾ, ਜੋ ਸਿੱਖ ਹੋ ਕੇ ਵੀ ਬਾਣੀ ਨਹੀਂ ਪੜ੍ਹਦਾ, ਫਿਰ ਉਸ ਘਰ ਵਿੱਚੋਂ ਸਿੱਖੀ ਕਿੱਥੇ ਆਪੇ ਚਲੀ ਜਾਣੀ ਹੈ। ਜੋ ਸਿੱਖ ਹੋ ਕੇ ਬਾਣੀ ਦਾ ਜਾਪ ਨਹੀਂ ਕਰਦਾ, ਉਸਦੇ ਘਰ ਵਿੱਚੋਂ ਸਿੱਖੀ ਦਾ ਬੂਟਾ ਸੁੱਕ ਜਾਂਦਾ। ਜੇ ਚਾਹੁੰਦੇ ਹੋ ਕਿ ਸਿੱਖੀ ਦਾ ਬੂਟਾ ਹਰਿਆ ਰਹੇ, ਆਪਣੇ ਘਰਾਂ ਵਿੱਚ ਗੁਰਬਾਣੀ ਜ਼ਰੂਰ ਪੜ੍ਹਿਆ ਕਰੋ। ਜਿਨ੍ਹਾਂ ਨੂੰ ਸਿੱਖੀ ਮਿਲੀ ਹੈ ਉਹ ਸਾਰੇ ਰਲ ਕੇ ਅਰਦਾਸ ਕਰੀਏ ਕਿ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਜਾਏ। ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ, ਪਾਤਸ਼ਾਹ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ, ਮੈਂ ਅੰਮ੍ਰਿਤ ਵੇਲੇ ਉੱਠ ਸਕਾਂ, ਬਸ ਇੰਨੀ ਕੁ ਤਾਕਤ ਦੇ ਦਿਓ, ਇੰਨਾ ਕੁ ਉੱਦਮ ਦੇ ਦਿਓ। ਵਾਹਿਗੁਰੂ ਮੈਂ ਤੁਹਾਡਾ ਨਾਮ ਜਪ ਸਕਾਂ, ਮੈਂ ਗੁਰੂ ਘਰ ਜਾ ਸਕਾਂ। ਆਪਣੇ ਵਿੱਚੋਂ ਕਈ ਕਹਿੰਦੇ ਨੇ ਵੀ ਗੁਰੂ ਘਰ ਜਾਣ ਦੀ ਕੀ ਲੋੜ, ਗੁਰੂ ਘਰ ਜਾਣ ਦੀ ਕਿਉਂ ਨਹੀਂ ਲੋੜ ਹੈਗੀ? ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ ਉੱਥੇ ਬੈਠ ਕੇ ਪਾਠ ਸੁਣਦੇ ਹਾਂ ਤਾਂ ਆਪਣੇ ਅੰਦਰ ਕਿੰਨੀ ਸ਼ਾਂਤੀ ਆ ਜਾਂਦੀ, ਕਿਉਂਕਿ ਗੁਰੂ ਘਰ ਹਰ ਸਮੇਂ ਉੱਥੇ ਗੁਰਬਾਣੀ ਪੜ੍ਹੀ ਜਾਂਦੀ, ਉੱਥੇ ਉਵੇਂ ਦਾ ਵਾਤਾਵਰਨ ਹੁੰਦਾ। ਘਰ ਕੀ ਹੁੰਦਾ, ਕਈ ਵਾਰ ਕੋਈ ਬੰਦਾ ਕਈਆਂ ਟੈਨਸ਼ਨਾਂ 'ਚ ਹੁੰਦਾ, ਤੁਸੀਂ ਦੇਖਿਆ ਹੋਏਗਾ ਜਦੋਂ ਗੁਰੂ ਘਰ ਜਾ ਕੇ ਆਪਾਂ ਮੱਥਾ ਟੇਕਦੇ ਹਾਂ ਤਾਂ ਅੰਦਰ ਕੀ ਹੁੰਦਾ, ਬਿਲਕੁਲ ਸ਼ਾਂਤੀ ਹੋ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜਾ ਕੇ ਗੱਲਾਂ ਕਰਿਆ ਕਰੋ, ਆਪਣੇ ਹਰੇਕ ਸਵਾਲ ਦਾ ਜਵਾਬ ਹੈ ਉਹਨਾਂ ਕੋਲ। ਜਦੋਂ ਜਾ ਕੇ ਮੱਥਾ ਟੇਕਾਂਗੇ, ਉਹਨਾਂ ਨੂੰ ਆਪਣੇ ਦੁੱਖ ਦੱਸਾਂਗੇ, ਉਹ ਆਪੇ ਹੀ ਠੀਕ ਕਰਨਗੇ, ਬਸ ਲੋੜ ਹੈ ਥੋੜ੍ਹੇ ਜਿਹੇ ਉੱਦਮ ਦੀ। ਜਦੋਂ ਆਪਾਂ ਉੱਦਮ ਕਰ ਲਿਆ ਨਾ, ਗੁਰੂ ਘਰ ਜਾਣ ਲੱਗ ਗਏ, ਮੱਥਾ ਟੇਕਣ ਲੱਗ ਗਏ, ਗੁਰਬਾਣੀ ਪੜ੍ਹਨ ਲੱਗ ਗਏ। ਗੁਰਬਾਣੀ ਹੈ ਕਿ ਜੀਵਨ ਜਾਚ ਸਿਖਾਉਂਦੀ ਹੈ ਵੀ ਬੰਦਿਆ ਤੂੰ ਕਿੱਥੇ ਗਲਤ ਹੈ, ਤੂੰ ਕਿਹੜੇ ਗਲਤ ਰਸਤੇ 'ਤੇ ਜਾ ਰਿਹਾ। ਸਹੀ ਅਤੇ ਗਲਤ ਦਾ ਆਪਾਂ ਨੂੰ ਉਹ ਫੈਸਲਾ ਕਰਨਾ ਸਿਖਾਉਣਗੇ, ਕਿੱਥੇ ਜਾਣਾ, ਕਿਸ ਰਸਤੇ ਨਹੀਂ ਜਾਣਾ, ਕਿ ਆਪਣੇ ਜੋ ਜੀਵਨ ਵਿੱਚ ਜੋ ਆਪਾਂ ਰੋਜ਼ ਤੋਂ ਲੈ ਕੇ ਸ਼ਾਮ ਤੱਕ ਕਰਦੇ ਹਾਂ ਨਾ, ਉਹ ਸਾਰਾ ਕੁਛ ਗੁਰਬਾਣੀ ਆਪਾਂ ਨੂੰ ਸਿਖਾਉਂਦੀ। ਜਦੋਂ ਜੀਵਨ ਜਾਚ ਸੋਹਣੀ ਹੋ ਗਈ, ਪਤਾ ਲੱਗ ਗਿਆ ਵੀ ਹਾਂ ਐਵੇਂ ਆਪਾਂ ਜੀਣਾ, ਵਾਹਿਗੁਰੂ ਜੀ ਨੇ ਇਹ ਰਸਤਾ ਦੱਸਿਆ, ਅਤੇ ਆਪੇ ਸਾਰੇ ਪਾਸੇ ਸੁੱਖ ਹੀ ਸੁੱਖ ਹੋਏਗਾ, ਦੁੱਖ ਆਪੇ ਦੂਰ ਹੋ ਜਾਣਗੇ। ਫਿਰ ਆਓ ਰਲ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ, ਅੰਮ੍ਰਿਤ ਵੇਲਾ ਸੰਭਾਲੀਏ, ਗੁਰਬਾਣੀ ਕੰਠ ਕਰੀਏ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰਕੇ ਉਸ ਰਾਹ ਉੱਤੇ ਚੱਲੀਏ। ਜੋ ਕਹਿੰਦੇ ਨਾ ਰੋਗ ਹੈ, ਮਾਨਸਿਕ ਰੋਗ ਹੈ, ਸਰੀਰਕ ਰੋਗ ਹੈ, ਜਾਂ ਮੈਨੂੰ ਫਲਾਣੀ ਬਿਮਾਰੀ ਹੈ, ਉਹ ਇੱਕ ਵਾਰ ਗੁਰਬਾਣੀ ਦਾ ਜਾਪ ਕਰਕੇ ਤਾਂ ਵੇਖੋ, ਗੁਰਬਾਣੀ ਸਾਰੇ ਦੁੱਖ ਦੂਰ ਕਰਦੀ ਹੈ। ਇੱਕ ਮਹੀਨਾ ਸਿਰਫ ਪੂਰੇ ਮਨੋ ਤਨੋ ਹੋ ਕੇ ਇੱਕ ਮਹੀਨਾ ਕਰਕੇ ਵੇਖ ਲਓ, ਇੱਕ ਮਹੀਨੇ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਏਗਾ। ਫਿਰ ਆਓ ਗੁਰਬਾਣੀ ਦੇ ਲੜ ਲੱਗੀਏ, ਵਾਹਿਗੁਰੂ ਦਾ ਨਾਮ ਜਪੀ, ਜਿਸ ਦਿਨ ਇਹ ਕਰਨ ਲੱਗ ਗਏ ਨਾ ਸਾਰੇ ਦੁੱਖ ਦੂਰ ਹੋ ਜਾਣੇ। ਫਿਰ ਆਓ ਰਲ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ।